Kind of let all of you know that we are going to start off orthopedic OPDs in Lochan Nursing Home in Gurgaon, and that will be like Dr. Jitendra Veer Singh Jaggi is Associate Director Max Hospital Gurgaon and Unit Head in Max Hospital Gurgaon. So he'll be primarily, you know, conducting this OPD to take care of the joint replacement majorly and other major issues related with orthopedics. So officially we are declaring that we'll be starting off orthopedic super speciality OPD in Lochan Nursing Home, Trikota Nagar, in Jammu. So over to Dr. Jaggi. Anji, Sasikalti, and English, Hindi or Punjabi? Hindi. Hindi? Hindi, Punjabi. Mahinder ne mainu introduce kiya hai. Main Dr. Jaggi hai ka. I am Associate Director Orthopedics with Max Gurgaon. ਅਤੇ ਮੈਂ 12 ਸਾਲ ਲੰਡਨ ਸੀ ਅਤੇ 2015 ਵਿੱਚ ਮੈਂ ਵਾਪਸ ਇੰਡੀਆ ਆਇਆ ਅਤੇ ਇਹਨਾਂ ਵੇ ਮੈਂ ਜੰਮੂ ਵਿੱਚ ਐਸੋਸੀਏਟਡ ਹੈਗਾ। ਮੋਸਟ ਆਫ ਯੂ ਤੁਸੀਂ ਕਾਫੀ ਲੋਕ ਡਾਕਟਰ ਸ਼ੀਤਲ ਸਿੰਘ ਦਾ ਨਾਮ ਸੁਣਿਆ ਹੋਏਗਾ ਅਤੇ ਮੈਂ ਉਹਨਾਂ ਦਾ ਸਨ-ਇਨ-ਲਾਅ ਹੈਗਾ ਅਤੇ ਪਾਪਾ ਦੇ ਥਰੂ ਹੀ ਮੈਨੂੰ ਇਹ ਕਾਫੀ ਪ੍ਰੈਸ਼ਰ ਆਇਆ ਕਿ ਆਪਣੇ ਜਿਹੜੇ ਸਿਟੀ ਹੈਗੀ ਹੈ ਇੱਥੇ ਲੋਕਾਂ ਨੂੰ ਇੱਕ ਸਰਵਿਸ ਦਿੱਤੀ ਜਾਏ, ਇੱਕ ਕੁਆਲਿਟੀ ਸਰਵਿਸ ਦਿੱਤੀ ਜਾਏ। ਅਸੀਂ ਇਸ ਬਾਰੇ ਕਾਫੀ ਡਿਸਕਸ਼ਨ ਕੀਤੀ ਦਿੱਲੀ ਵਿੱਚ ਕਿ ਅਸੀਂ ਕੀ ਕਰ ਸਕਦੇ ਹੈਗੇ ਹਾਂ, ਕਿਉਂਕਿ ਦਿੱਲੀ ਜੰਮੂ ਦਾ ਇੱਕ ਜਿਹੜਾ ਡਿਸਟੈਂਸ ਹੈਗਾ, ਪੇਸ਼ੈਂਟ ਇੱਥੋਂ ਉੱਥੇ ਆਉਣਾ ਨਹੀਂ ਚਾਹੁੰਦਾ ਜਾਂ ਜੋ ਵੀ ਹੈਗਾ, ਇੱਕ ਲੋਜਿਸਟਿਕ ਪ੍ਰੋਬਲਮ ਸੀ ਸਾਡੇ ਕੋਲ। ਬਟ ਲੱਕੀਲੀ ਆਈ ਵੁੱਡ ਥੈਂਕ ਮੈਕਸ ਮੈਨੇਜਮੈਂਟ, ਮੈਕਸ ਮੈਨੇਜਮੈਂਟ ਨੇ ਮੇਰੀ ਗੱਲ ਮੰਨੀ ਅਤੇ ਇੱਕ ਫੋਰਮਲੀ ਅਸੀਂ ਇੱਕ ਓਪਨਿੰਗ ਲਾਂਚ ਕਰ ਰਹੇ ਹੈਗੇ ਹਾਂ ਜੋ ਅਸੀਂ ਹਰ ਮਹੀਨੇ ਦੀ ਚੌਥੇ ਵੈਨਸਡੇ ਨੂੰ ਕਰਾਂਗੇ ਜੀ। ਐਵਰੀ ਮੰਥ ਫੋਰਥ ਵੈਨਸਡੇ, ਡੇਟ ਜੋ ਮਰਜ਼ੀ ਹੋਏ। ਉਹਦੇ ਨਾਲ ਕੀ ਹੋਏਗਾ, ਦੋ ਚੀਜ਼ਾਂ, ਇੱਕ ਤਾਂ ਕੰਸਿਸਟੈਂਸੀ ਬਣੀ ਰਹਿੰਦੀ ਹੈ, ਪੇਸ਼ੈਂਟ ਨੂੰ ਪਤਾ ਹੈਗਾ ਕਿ ਚੌਥੇ ਵੈਨਸਡੇ। ਉਹਦੇ ਨਾਲ ਕੀ ਹੋਏਗਾ ਕਿ ਕੋਈ ਡੇਟ ਅੱਗੇ ਪਿੱਛੇ ਹੋ ਜਾਂਦੀ ਹੈ ਕੋਈ ਫਰਕ ਨਹੀਂ ਪਏਗਾ, ਇੱਕ ਕੰਟੀਨਿਊਟੀ ਰਹੇਗੀ, ਇੱਕ ਕੰਸਿਸਟੈਂਸੀ ਰਹੇਗੀ ਨਾ। ਇਹ ਜਿਹੜੀ ਓਪਨਿੰਗ ਹੈਗੀ ਹੈ ਉਹਦੇ ਬਾਰੇ ਮੈਂ ਥੋੜ੍ਹਾ ਦੱਸ ਦਿੰਦਾ ਤੁਹਾਨੂੰ, ਸਾਡਾ ਇੱਕ ਗੋਲ ਕੀ ਹੈਗਾ ਇਸ ਓਪਨਿੰਗ ਦੇ ਪਿੱਛੇ। ਅਸੀਂ ਉਸ ਚੀਜ਼ 'ਤੇ ਫੋਕਸ ਨਹੀਂ ਕਰ ਰਹੇ ਹੈਗੇ ਕਿ ਅਸੀਂ ਸਾਨੂੰ ਜੰਮੂ ਤੋਂ ਕਿੰਨੇ ਪੇਸ਼ੈਂਟ ਦਿੱਲੀ ਲੈ ਕੇ ਜਾਣੇ, ਉਹ ਸਾਡਾ ਬਿਲਕੁਲ ਏਮ ਨਹੀਂ ਹੈਗਾ। ਮੈਂ ਪਹਿਲੇ ਦਿਨ ਹੀ ਡਿਕਲੇਅਰ ਕਰ ਰਿਹਾ ਇਹ ਚੀਜ਼ ਨੂੰ, ਮੈਂ ਸਾਡਾ ਏਮ ਇਸ ਓਪਨਿੰਗ ਦੇ ਪਿੱਛੇ ਇੱਕ ਹੀ ਹੈਗਾ ਕਿ ਬਹੁਤ ਸਾਰੇ ਪੇਸ਼ੈਂਟ ਹੈਗੇ ਹਨ ਜਿਨ੍ਹਾਂ ਦੇ ਓਪਰੇਸ਼ਨ ਥੋੜ੍ਹੇ ਜਿਹੇ ਗਲਤ ਹੋ ਰਹੇ ਹਨ ਜਾਂ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਪਤਾ ਹੈ ਕਿ ਅੱਜ ਕੀ ਚੀਜ਼ਾਂ ਅਵੇਲੇਬਲ ਹੈਗੀਆਂ ਮਾਰਕੀਟ ਵਿੱਚ। ਬਹੁਤ ਸਾਰਾ ਇਲਾਜ ਹੋ ਰਿਹਾ, ਜ਼ਮਾਨੇ ਵਿੱਚ ਹੁੰਦਾ ਸੀ, ਅੱਜ ਵੀ ਹੋ ਰਿਹਾ ਹੈ ਅਤੇ ਕਿਉਂਕਿ ਚੱਲਦਾ ਹੈਗਾ। ਸਾਡਾ ਕੰਮ ਇੱਥੇ ਆਉਣ ਦਾ ਇੱਕ ਹੀ ਹੈਗਾ ਹੈ ਕਿ ਪੇਸ਼ੈਂਟ ਨੂੰ ਪਤਾ ਲੱਗੇ ਕਿ ਉਹਦੇ ਕੋਲ ਆਪਸ਼ਨਸ ਕੀ ਹੈਗੇ ਹਨ। ਅੱਜ ਦੀ ਡੇਟ ਵਿੱਚ ਜਿਹ ਜੁਆਇੰਟ ਰਿਪਲੇਸਮੈਂਟ ਓਪਨੀ ਹੈਗੀ ਹੈ, ਜਿਹੜੇ ਸਾਡੇ ਕੋਲ ਅੱਜ ਇੰਪਲਾਂਟਸ ਹੈਗੇ ਹਨ, ਜਿਹੜੇ ਸਾਡੇ ਕੋਲ ਟੈਕਨੀਕਸ ਹੈਗੇ ਹਨ, ਜਿਹੜਾ ਹਿਪ ਇੰਪਲਾਂਟ ਹੁੰਦਾ ਹੈ, ਨੀ ਇੰਪਲਾਂਟ ਹੁੰਦਾ ਹੈ, ਅੱਜ ਸਾਡੇ ਕੋਲ ਇੰਪਲਾਂਟਸ ਆ ਗਏ ਹਨ ਜਿਹਦੀ ਲਾਈਫ 30 ਸਾਲ ਤੋਂ ਉੱਤੇ ਹੈਗੀ ਹੈ। 30 ਸਾਲ ਤੋਂ ਉੱਤੇ ਮਤਲਬ ਅਗਰ ਅੱਜ ਕਿਸੇ ਪੇਸ਼ੈਂਟ ਦਾ ਨੀ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ ਹੁੰਦਾ ਹੈ ਤਾਂ ਉਸ ਜੁਆਇੰਟ ਦਾ ਲਾਈਫ 30 ਈਅਰ ਪਲੱਸ ਹੈਗੀ ਹੈ। ਉਹ ਸਿੰਪਲ ਜੀ ਗੱਲ ਹੈ ਜੀ, ਪਹਿਲੇ ਗੱਡੀਆਂ ਹੁੰਦੀਆਂ ਸਨ ਮਾਰੂਤੀ, ਉਹ ਟਾਇਰ ਚੱਲਦਾ ਸੀ 10-12 ਹਜ਼ਾਰ ਕਿਲੋਮੀਟਰ ਨਾਲਨ ਟਾਇਰ, ਫਿਰ ਰੇਡੀਅਲ ਟਾਇਰ ਆਏ, ਰੇਡੀਅਲ ਟਾਇਰ ਨੇ ਉਹ 15 ਹਜ਼ਾਰ ਤੋਂ 30-40 ਹਜ਼ਾਰ ਕਰ ਦਿੱਤਾ ਅਤੇ ਅੱਜ ਟਾਇਰ ਲਾਂਚ ਹੋ ਗਏ ਮਾਰਕੀਟ ਵਿੱਚ ਜਿਹੜੇ 1 ਲੱਖ ਕਿਲੋਮੀਟਰ ਦੇ ਟਾਇਰ ਲਾਂਚ ਹੋ ਗਏ। ਅਤੇ ਟਾਇਰ ਤਾਂ ਵੀ ਇਹ ਕਹਿ ਰਹੇ ਹੋ ਕਿ ਤੁਸੀਂ ਇਹ ਜੋੜ ਪਾਉਣਾ ਹੈ, ਇਹ ਬੈਸਟ ਕੁਆਲਿਟੀ ਹੈਗੀ ਹੈ, ਇਹ ਤੁਸੀਂ ਮੈਨੂੰ ਆਈਫੋਨ ਦਿਖਾ ਰਹੇ ਹੋ, ਆਈਫੋਨ 8 ਹੈਗਾ ਹੈ, ਆਈਫੋਨ 8 ਵੀ ਚੰਗਾ ਹੈਗਾ, ਬਟ ਆਈਫੋਨ 8 ਹੀ ਬੈਸਟ ਮਾਡਲ ਹੈਗਾ ਜਾਂ ਆਈਫੋਨ 8 ਤੋਂ ਵੀ ਚੰਗਾ ਕੋਈ ਮਾਡਲ ਹੈਗਾ? ਤੁਸੀਂ ਕਹੋ ਜੀ ਆਈਫੋਨ 10 ਵੀ ਹੈਗਾ, ਫਿਰ 10 ਤੋਂ ਬਾਅਦ XR ਵੀ ਆ ਗਿਆ। ਅਤੇ ਚੱਕਰ ਕੀ ਹੋ ਰਿਹਾ ਹੈ, ਅਨਫੋਰਚੁਨੇਟਲੀ ਬਹੁਤ ਜਗ੍ਹਾ ਇੱਕ ਨਾ ਇਹ ਸਰਜਰੀ ਬਣ ਗਿਆ ਹੈ, ਇੱਕ ਤਰੀਕੇ ਦਾ ਇੱਕ ਰੇਟ ਫਿਕਸ ਕਰਕੇ ਨਾ ਇਸ਼ਤਿਹਾਰ ਦੇਖੋਗੇ ਜੀ, ਗੋਡਾ ਬਦਲਾ ਲਓ 1.5 ਲੱਖ ਵਿੱਚ, ਉਹ ਤੁਸੀਂ ਇਹ ਨਹੀਂ ਦੇਖ ਰਹੇ ਕਿ ਸਪੈਸ਼ਲ ਨੂੰ ਜ਼ਰੂਰਤ ਕਿਸ ਚੀਜ਼ ਦੀ ਹੈਗੀ ਹੈ। ਮੇਰਾ ਸਾਡਾ ਇਹ ਕਹਿਣਾ ਹੈਗਾ ਕਿ ਜੋ ਵੀ ਕਰਨਾ ਹੈ ਨਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੈਨੂੰ ਤਕਲੀਫ ਕੀ ਹੈਗੀ ਹੈ ਅਤੇ ਮੇਰੇ ਲਈ ਬੈਸਟ ਚੀਜ਼ ਕੀ ਹੈਗੀ ਹੈ। ਰੇਟ ਹਮੇਸ਼ਾ ਬੈਸਟ ਚੀਜ਼ ਨਹੀਂ ਹੁੰਦੀ ਜੀ। ਅਤੇ ਜਦ ਤੋਂ ਲਾਸਟ ਈਅਰ ਤੋਂ ਗਵਰਨਮੈਂਟ, ਅਗਰ ਕੋਈ ਆਉਂਦਾ ਵੀ ਹੈ ਬਾਈ ਚਾਂਸ ਆਪਰੇਸ਼ਨ ਦਿੱਲੀ ਹੁੰਦਾ ਵੀ ਹੈ, ਉਹਨੂੰ ਪਤਾ ਹੈ ਕਿ ਜੀ ਮੇਰੇ ਟੀਮ
महीने में एक बार ही जम्मू आती है तो मैनू दिल्ली नहीं आना पड़ेगा उन्होंने वापस दिखाने लिए वो मैनू इतने भी देख सकते हैं तो उस चक्कर लिए असं फोर्थ वेनसडे ओपनिंग करना जी।